ਤੇ ਇਹ ਆਪਾਂ ਜੇ ਬੈੱਡ ਇਹਦਾ ਲਾਉਣਾ ਹੋਵੇ ਲੈ ਵੀ ਜਾਂਦਾ ਹਾਂਜੀ ਬੈੱਡ ਵੀ ਲੈਂਦਾ ਕੀਤਾ ਸਾਰਾ ਕੁਝ ਹੀ ਲੈਂਦਾ ਕੀਤਾ ਇਹਦਾ ਤੇ ਇਹ ਆਪਾਂ ਬਾਰੀ ਵੀ ਖੋਲਦੀ ਕੀਤੀ ਹੈ ਤੇ ਪਿਛਲਾ ਡਾਲਾ ਵੀ ਖੋਲ ਲੈਂਦਾ ਹੈ ਆਹ ਸਭ ਤੋਂ ਮਾਡਰਨ ਚੀਜ਼ ਆ ਕਿ ਸਾਈਡ ਨੂੰ ਜਿਹੜਾ ਡਾਲਾ ਖੁੱਲਦਾ ਤੇ ਇਹਨੂੰ ਹੁਣ ਆਪਾਂ ਲਿਫਟ ਵਾਲਾ ਜਿਹੜਾ ਸਿਸਟਮ ਆ ਉਹ ਕਿਵੇਂ ਹੈ ਗਗਨ ਓਏ ਆਪਾਂ ਸਰੈਂਜਾਂ ਲਗਾਈਆਂ ਹੋਈਆਂ ਹੈ ਥੱਲੇ ਠੀਕ ਹੈ ਆਪਾਂ ਚੱਕ ਕੇ ਦਿਖਾ ਦਿੰਨੇ ਹਾਂਜੀ ਹਾਂਜੀ ਠੀਕ ਹੈ ਏ ਬਾਕੀ ਸਕੂਲ ਵੀ ਜਾਂਦਾ ਬੱਚਾ ਤੇ ਇੱਕ ਗੱਲ ਮੈਨੂੰ ਆਇਆ ਦੱਸ ਵੀ ਤੇਰੀਆਂ ਵੀਡੀਓ ਹੋਰ ਚੈਨਲਾਂ ਤੋਂ ਵੀ ਕਾਫੀ ਜ਼ਿਆਦਾ ਵਾਇਰਲ ਹੋਈਆਂ ਹਾਂਜੀ ਤੇ ਆਪਣੇ ਕਿਸੇ ਐਗਰੀਕਲਚਰ ਦੇ ਕਿਸੇ ਪlant ਦੇ ਵੱਲੋਂ ਜਾਂ ਕੋਈ ਤੈਨੂੰ ਕੋਈ ਮਦਦ ਜਾਂ ਕੋਈ ਸਹਾਇਤਾ ਆਈ ਨਹੀਂ ਹਜੇ ਤੱਕ ਤਾਂ ਕੋਈ ਨਹੀਂ ਆਈ ਜੀ ਇੱਕ ਹੀ ਇੱਕ ਦੋ ਜਣਾਂ ਨੇ ਸਹਾਇਤਾ ਕੀਤੀ ਆ ਸਾਡੀ ਤੇ ਪਿੰਡ ਵਿੱਚੋਂ ਬਾਈ ਨਰਮਲ ਹੋਰਾਂ ਨੇ ਸਾਡਾ ਬਹੁਤ ਸਪੋਰਟ ਦਿੱਤੇ ਆ ਸਾਨੂੰ ਠੀਕ ਹੈ ਨਿਰਮਲ ਜਿਨ੍ਹਾਂ ਦੇ ਆਪਾਂ ਪਹਿਲਾਂ ਇੱਕ ਕੰਬਾਇਨ ਦੇ ਜਿਨ੍ਹਾਂ ਦੇ ਮੂਰੇ ਖੜ ਕੇ ਆਪਾਂ ਉਹ ਕੀਤਾ ਸੀ ਨਾ ਹਾਂਜੀ ਹਾਂਜੀ ਵੀਡੀਓ ਕੀਤੀ ਸੀ ਤੇ ਇਹਦੇ ਉੱਤੇ ਆਪਣਾ ਬਣਾਉਣ ਤੇ ਕਿੰਨਾ ਖਰਚ ਆ ਜਾਂਦਾ ਹੈ ਗਗਨ ਬਣਾਉਣ ਤੇ ਤਾਂ ਬਹੁਤ ਖਰਚ ਆ ਜਾਂਦਾ ਕਿਉਂਕਿ ਮੈਂ ਘਰਦਿਆਂ ਤੋਂ ਪੈਸੇ ਤਾਂ ਲੈਂਦਾ ਨਹੀਂ ਹੁੰਦਾ ਸੀ ਜੀ ਠੀਕ ਹੈ ਜਿੱਦਾਂ ਮੈਨੂੰ ਛੁੱਟੀ ਹੁੰਦੀ ਸੀਗੀ ਸਾਡੇ ਸੀਜ਼ਨ ਲੱਗਦਾ ਜਾਵਣਾ ਦਾ ਹੀ ਮੈਂ ਦਿਹਾੜੀ ਜਾਂਦਾ ਹੁੰਦਾ ਸੀ ਜਾਵਣਾ ਤੇ ਦਿਹਾੜੀ ਤੇ ਪੈਸੇ ਕਮਾ ਕੇ ਫੇਰ ਹੀ ਸਮਾਨ ਲੈ ਕੇ ਫੇਰ ਬਣਾਉਂਦਾ ਹੁੰਦਾ ਤਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਤੇ ਦੁਬਾਰਾ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਕਰਦੇ ਆ। ਇੱਕ ਬਹੁਤ ਹੀ ਪਿਆਰਾ ਤੇ ਇੱਕ ਮੋਟੀਵੇਸ਼ਨਲ ਜੋ ਕਿ Song ਬਹੁਤ ਮਸ਼ਹੂਰ ਹੋਇਆ। ਉਸੇ Song ਤੇ ਢੋਕ ਦੀ ਅੱਜ ਇੱਕ ਤੁਹਾਡੇ ਲਈ ਵੀਡੀਓ ਲੈ ਕੇ ਪਹੁੰਚੇ ਆ। ਗਾਣਾ ਕਿਹੜਾ ਸੀਗਾ ਉੱਠ ਖੜ ਸ਼ੇਰਾ ਢਾਣਾ ਢੇਰੀ ਤੇਰੇ ਵਿੱਚ ਐ ਬੜੀ ਦਲੇਰੀ। ਉੱਠ ਖੜ ਸ਼ੇਰਾ ਢਾਣਾ ਢੇਰੀ ਤੇਰੇ ਵਿੱਚ ਐ ਬੜੀ ਦਲੇਰੀ। ਅੱਗ ਜਜਬੇ ਦੀ ਬਾਲ ਜਿਗਰ ਵਿੱਚ ਸਾੜ ਕੇ سینਾ ਪੱਥਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ سینਾ ਪੱਥਰਾਂ ਦਾ ਸੋ ਆ ਸਾਡੇ ਨਾਲ ਇੱਕ ਸਾਡਾ ਪਿਆਰਾ ਵੀਰ ਸਾਡਾ ਛੋਟਾ ਭਰਾ ਪਿੰਡ ਹਰੀਕੇ ਕਲਾਂ ਵੀਰ ਦਾ ਨਾਮ ਮੇਰਾ ਨਾਮ ਗਗਨਦੀਪ ਸਿੰਘ ਹੈ ਗਗਨਦੀਪ ਸਿੰਘ ਇਹਨਾਂ ਦੇ ਕੋਲ ਅਸੀਂ ਪਹੁੰਚੇ ਆ ਪਿੱਛੇ ਇਹਨਾਂ ਦਾ ਜੋ ਕਿ ਘਰ ਹੈ ਘਰ ਦੇ ਵਿੱਚ ਗਰੀਬੀ ਹੈ ਮਤਲਬ ਹਨਾ ਚਲੋ ਫਿਰ ਵੀ ਮਹਾਰਾਜ ਦੇ ਸ਼ੁਕਰਾਨੇ ਦੇ ਹਿਸਾਬ ਦੇ ਨਾਲ ਇਹ ਆਪਦਾ ਜੋ ਕਿ ਘਰ ਦਾ ਗੁਜ਼ਾਰਾ ਇਹਨਾਂ ਦੇ ਫਾਦਰ ਸਾਹਿਬ ਵਧੀਆ ਆਪਣੀ ਮਿਹਨਤ ਕਰਦੇ ਆ ਰੋਜੀ ਰੋਟੀ ਕਮਾਉਂਦੇ ਆ ਤੇ ਉਸ ਤੋਂ ਬਾਅਦ ਹਨਾ ਆਪਣੇ ਪੇਟ ਦਾ ਜੋ ਕਿ ਗੁਜ਼ਾਰਾ ਇਹਨਾਂ ਦਾ ਚੱਲ ਰਿਹਾ ਪਰ ਇਹਨਾਂ ਕੋਲੇ ਇਹ ਬੱਚਾ ਜਿਹੜਾ ਇਹ ਬੱਚਾ ਹੀ ਨਹੀਂ ਹੈਗਾ ਨਾਲੇ ਮਸ਼ੀਨ ਹੀ ਇੱਕ ਤਰ੍ਹਾਂ ਦੀ ਸੋ ਉਸ ਚੀਜ਼ ਦੇ ਉੱਪਰ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆ ਆ ਤੁਹਾਡੇ ਸਾਹਮਣੇ ਜੋ ਕਿ ਕੈਮਰਾ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾਈ ਦੇ ਰਹੀਆਂ ਇਹਨਾਂ ਦੇ ਵਿੱਚ ਤੁਹਾਨੂੰ ਇਹ ਮਾਡਲ ਪਏ ਦਿਖਾਈ ਦੇ ਰਹੇ ਹੋਣਗੇ ਯਮੇ ਕੇ ਕੰਬਾਈਨ ਆ ਗਈ ਰੋਟਾ ਵਿਟਰ ਅਲੱਗ-ਅਲੱਗ ਮਤਲਬ ਕਿ ਚੀਜ਼ਾਂ ਪਈਆਂ ਨੇ ਹਨਾ ਟਰੈਕਟਰ ਪਏ ਆ ਇਹ ਸਾਰੀਆਂ ਵਰਕ ਕਰਦੀਆਂ ਸਾਰੀਆਂ ਕਵਰ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਕਰਕੇ ਕਿ ਕਿਵੇਂ ਵਰਕ ਕਰਦੇ ਆ ਕਿਵੇਂ ਬਣਾਈਆਂ ਇਸ ਬੱਚੇ ਨੇ ਕਿੱਥੋਂ-ਕਿੱਥੋਂ ਇਹਨੇ ਮਤਲਬ ਕਿ ਇਹਨਾਂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮੇਰੇ ਦਿਮਾਗ ਦੇ ਵਿੱਚ ਆਈਡੀਆ ਆ ਤੇ ਲੈ ਵੀ ਗੱਗਣਾ ਆਪਾਂ ਸ਼ੁਰੂ ਕਿੱਥੋਂ ਹੋਈਏ ਕਿੱਥੋਂ ਕੰਬਾਈਨ ਤੋਂ ਕਰ ਲੈ ਕੰਬਾਈਨ ਤੋਂ ਕਰ ਲੈਨੇ ਆ ਠੀਕ ਆ ਉੱਚੀ ਬੋੜਨਾ ਇੱਕ ਮੜਾ ਏ ਠੀਕ ਆ ਓਕੇ ਲੋ ਵੀ ਦੋਸਤੋ ਸਭ ਤੋਂ ਪਹਿਲਾਂ ਇੱਕ ਕੰਬਾਈਨ ਦੇ ਉੱਪਰ ਜਿਹੜਾ ਇਹ ਮਟੀਰੀਅਲ ਲਾਇਆ ਇਹ ਲਾਇਆ ਕਾਦਾ ਆਪਾਂ ਇਹ ਜਿਹੜੀ ਬੋਰ ਵਿਲ ਪਾਈਪਾਂ ਹੁੰਦੀਆਂ ਇਹ ਉਹਨਾਂ ਨੂੰ ਗਰਮ ਕਰਕੇ ਕੱਟ ਕੇ ਫਿਰ ਸ਼ੇਪ ਦੇ ਕੇ ਬਣਾਇਆ ਹੈ ਠੀਕ ਹੈ ਪਹਿਲਾਂ ਗਰਮ ਕੀਤੀਆਂ ਫਿਰ ਕੱਟੀਆਂ ਹੈ ਹਾਂਜੀ ਤੇ ਗੱਗਣੇ ਨਾਲ-ਨਾਲ ਆਪਾਂ ਇਹ ਵੀ ਗੱਲਾਂ ਕਰਨੀਆਂ ਵਰਕ ਵੀ ਕਰੀ ਚੱਲੋ ਕਿ ਆਪਾਂ ਇਹਦਾ ਆਈਡੀਆ ਕਿੱਥੋਂ ਲੈਂਤਾ ਵੀ ਸ਼ੁਰੂ ਤੋਂ ਅਸੀਂ ਪਹਿਲਾਂ ਛੋਟੇ ਹੁੰਦੇ ਹੀ ਪਹਿਲਾਂ ਸਾਨੂੰ ਸ਼ੌਂਕ ਸੀ ਇਹ ਖੇਡਾਂ-ਕੁੱਡਾਂ ਬਣਾਉਣ ਦਾ ਹੀ ਤੇ ਫੇਰੀ ਮੈਂ ਸ਼ੁਰੂ ਤੋਂ ਹੀ ਬਣਾਉਣ ਲੱਗ ਗਈ ਠੀਕ ਹੈ ਤੇ ਫਿਰ ਜਦੋਂ ਲੋਕਡਾਊਨ ਲੱਗ ਗਈ ਫਿਰ ਮੈਂ ਪਹਿਲਾਂ ਤਾਂ ਟਰੈਕਟਰ ਮੈਂ ਬਣਾਈ ਚੱਪਲਾਂ ਦਾ ਹੀ ਠੀਕ ਹੈ ਫਿਰ ਮੈਂ ਬਣਾਈ ਦੂਜਾ ਰਬੜ ਦਾ ਹੀ ਇਹਦਾ ਪਲਾਸਟਿਕ ਪੈਪ ਦਾ ਹੀ ਫਿਰ ਮੈਂ ਇਹ ਮੈਂ ਸੋਚਿਆ ਹੀ ਕੋਈ ਰਿਮੋਟ ਤੇ ਚੱਲਦਾ ਬਣਾਈ ਗਈ ਫਿਰ ਮੈਂ ਰਿਮੋਟ ਤੇ ਚੱਲਦੇ ਬਣਾਉਣ ਲੱਗ ਗਈ ਠੀਕ ਹੈ ਚੱਪਲਾਂ ਵਾਲਾ ਵੀ ਆਪਾਂ ਦਿਖਾਵਾਂਗੇ ਹਨਾ ਹਾਂਜੀ ਠੀਕ ਹੈ ਸਭ ਤੋਂ ਪਹਿਲਾਂ ਜਿਹੜਾ ਟਰੈਕਟਰ ਬਣਾਇਆ ਸੀ ਉਸ ਵੀਰ ਨੇ ਆਪਾਂ ਉਹ ਵੀ ਦਿਖਾਵਾਂਗੇ ਤੁਹਾਨੂੰ ਹੁਣ ਇਹਦੇ ਵਿੱਚ ਇਹ ਕੀ ਕੀ ਵਰਕ ਕਰੂਗੀ ਇਹ ਇਹ ਹੁਣ ਇਹ ਕਟਰ ਵਰਕ ਕਰੂਗੀ ਅੱਛਾ ਆ ਕੈਮਰਾ ਜ਼ੂਮ ਕਰ ਦਿਓ ਨਾਲ ਜੋ ਨਾਲ ਜ਼ਰੂਰ ਜ਼ੂਮ ਕਰਕੇ ਦਿਖਾ ਦਿਓ ਇਹ ਕਟਰ ਚੱਲਦਾ ਜੀ ਰੂਲਾ ਵੀ ਚੱਲਦਾ ਜੀ ਬਲੇਡ ਵੀ ਚੱਲਦਾ ਜੀ ਤੇ ਜਿਹੜਾ ਅੱਗੇ ਮਾਲ ਖੱਚਦਾ ਜੀ ਉਹ ਵੀ ਚੱਲਦਾ ਹੈ ਉਹ ਵੀ ਚੱਲਦਾ ਮਾਲ ਵੀ ਚੱਲ ਰਿਹਾ ਹੈ ਦੇਖੋ ਤੁਸੀਂ ਵੀ ਮਤਲਬ ਜਿਹੜਾ ਮਾਲ ਆਹ ਵਾਲੀ ਚੀਜ਼ ਜਿਹੜੀ ਆਪਣੀ ਮੇਨ ਹੁੰਦੀ ਆ ਵੱਡੀ ਸ਼ਾਫਟ ਹੈ ਨਾ ਉਹ ਵੀ ਘੁੰਮਦੀ ਆ ਰੂਲਾ ਵੀ ਚੱਲਦਾ ਨਾਲ ਨਾਲ ਤੇ ਕਟਰ ਵੀ ਕਟਰ ਵੀ ਚੱਲਦਾ ਕਟਰ ਵੀ ਜਿੰਨੇ ਆਪਣੇ ਮਤਲਬ ਕਿ ਕੱਟਦਾ ਹੁੰਦਾ ਉਹ ਸਾਰੀ ਚੀਜ਼ ਉਸ ਤਰੀਕੇ ਚੱਲ ਰਹੀ ਹੈ ਹਨਾ ਹਾਂਜੀ ਤੇ ਇਹ ਇਹ ਫਿਰ ਜਿਹੜੀਆਂ ਤੁਸੀਂ ਵਾਇਰ ਲਾਈਆਂ ਤਾਰਾਂ ਲਾਈਆਂ ਤੇ ਇਹਦੇ ਵਿੱਚ ਇੱਥੇ ਮੋਟਰ ਮੋਟਰ ਫਿੱਟ ਕੀਤੀ ਬਈ ਆਪਾਂ ਹਾਂਜੀ ਮੋਟਰ ਫਿੱਟ ਕੀਤੀ ਬਈ 9 ਬੋਲਟ ਦੀ 9 ਬੋਲਟ ਦੀ ਅੱਛਾ ਕੱਲੀ ਕੱਲੀ ਇਹ ਵੀ ਚੀਜ਼ ਦੇਖੋ ਨੋਟ ਕਰਨ ਵਾਲੀ ਆ ਵੀ ਆਏ ਨਹੀਂ ਵੀ ਕਿ ਬਸ ਚੱਕ ਕੇ ਮੋਟਰ ਫਿੱਟ ਕਰਤੀ ਹਰੇਕ ਚੀਜ਼ ਦੀ ਨੌਲੇਜ ਹੈ ਵੀ ਇਹਦੇ ਉੱਤੇ ਕਿੰਨੀ ਵੋਲਟੇਜ ਆਪਾਂ ਨੂੰ ਲਗਾਉਣੀ ਪਊਗੀ ਇਹ ਵੋਲਟੇਜ ਦਾ ਕਿੱਥੋਂ ਪਤਾ ਕੀਤਾ ਗਏ ਨੋ ਫਿਰ ਇਹ ਛੋਟੀਆਂ ਜਿਹੜੀਆਂ ਗੱਡੀਆਂ ਨਹੀਂ ਹੁੰਦੀਆਂ ਨੇ ਇਹ ਹੂੰ ਉਹਨਾਂ ਵਿੱਚ ਮੋਟਰਾਂ ਹੁੰਦੀਆਂ ਏ ਠੀਕ ਹੈ ਤੇ ਮੈਂ ਉਹਨਾਂ ਨੂੰ ਹੀ 12 ਬੋਲਟ ਤੇ ਚਲਾ ਕੇ ਵੇਖਿਆ ਪਹਿਲਾਂ ਤਾਂ ਇਹ ਹੂੰ ਤੇ ਉਹ 12 ਬੋਲਟ ਤੇ ਸੜ ਗਏ ਠੀਕ ਹੈ ਫਿਰ ਮੈਂ ਇਹ 9 ਬੋਲਟ ਤੇ ਚਲਾ ਕੇ ਵੇਖਿਆ ਉਹ ਸਹੀ ਚੱਲੀਆਂ ਏ ਠੀਕ ਹੈ ਠੀਕ ਹੈ ਫਿਰ ਮੱਥਾ ਵਾਵਾ ਵੱਜਦਾ ਮਤਲਬ ਹੈ ਹਾਂ ਜੀ ਮੱਥਾ ਵਾਵਾ ਵੱਜਦਾ ਏ ਠੀਕ ਹੈ ਤੇ ਜਿਹੜਾ ਹੁਣ ਇਹ ਕਟਰ ਫੀਡਰ ਥੱਲੇ ਹੋਊਗਾ ਜਿੰਨੇ ਆਪਾਂ ਫਸਲ ਕੱਟਣੀ ਆ ਏ ਤੇ ਜਿੰਨੇ ਆਪਾਂ ਨਹੀਂ ਕੱਟਣੀ ਉਹਨਾਂ ਆਪਾਂ ਤਾਂ ਚੱਕ ਲੈਨੇ ਹੁਣ ਇਹ ਥੱਲੇ ਜਾਈ ਜਾਂਦਾ ਏ ਥੱਲੇ ਜਾ ਰਿਹਾ ਹਾਂ ਬਿਲਕ ਦਿਖਾ ਰਿਹਾ ਹਾਂ ਮੇ ਨਾਲ ਨਾਲ ਠੀਕ ਹੈ ਹੁਣ ਦੇਖੋ ਜਮਾਂ ਥੱਲੇ ਲੱਗ ਗਿਆ ਇਹਨੂੰ ਆਪਾਂ ਮਤਲਬ ਕਿ ਜਿੰਨਾ ਆਪਾਂ ਲੋਡ ਮੁਤਾਬਕ ਨੂੰ ਉੱਪਰ ਵੀ ਚੱਕ ਸਕਦੇ ਹਣਾ ਇਹ ਆ ਗਿਆ ਘਟਰ ਫੀਡਰ ਦਾ ਹਣਾ ਇੱਧਰ ਇੱਕ ਤੁਸੀਂ ਹੋਰ ਵੀ ਕੈਮਰਾਮੈਨ ਸਾਹਿਬ ਆ ਜਾਓ ਇੱਧਰ ਨੇੜੇ ਨੂੰ ਆ ਜਾਓ ਥੋੜਾ ਜਿਹਾ ਜਿੱਦਾਂ ਕਿ ਆ ਤੁਸੀਂ ਨੇੜੇ ਆ ਕੇ ਦੇਖ ਸਕਦੇ ਹੋ ਇੱਥੋਂ ਜਿਹੜੀਆਂ ਪੌੜੀਆਂ ਬਣਾਈਆਂ ਬੱਚੇ ਨੇ ਉਹ ਵੀ ਉੱਪਰ ਨੂੰ ਜਾਂਦੀਆਂ ਮੂਰਲੇ ਟਾਇਰ ਆ ਜਿਹੜੇ ਕੰਬੈਨ ਦੇ ਉਹ ਵੱਡੇ ਲਗਾਏ ਐ ਇੱਥੋਂ ਦੇਖ ਸਕਦੇ ਹੋ ਤੁਸੀਂ ਹਣਾ ਤੇ ਜਿਹੜੀ ਆਪਣੀ ਚੈਨ ਹੁੰਦੀ ਆ ਵੱਡੀ ਉਹ ਵੀ ਲਾਈ ਆ ਇਹ ਚੈਨ ਮੁੱਲੇ ਦਾ ਸਾਈਕਲ ਵਾਲੀ ਆ ਜਾਂ ਕਿਹੜੀ ਆ ਇਹ ਇਹ ਮੋਟਰਸਾਈਕਲ ਦੇ ਵਿੱਚ ਯੂਜ਼ ਹੁੰਦੀ ਹੈ ਇਹ ਜੀ ਇਹ ਜਿਹੜੀ ਟਾਈਮਿੰਗ ਚੇਨ ਹੁੰਦੀ ਹੈ ਬਈ ਹਨਾ ਜਿਹੜੀਆਂ ਵੀ ਜਿਹੜੀ ਆ ਛੋਟੀ ਉੱਤੇ ਗਲਾਰੀ ਇਹ ਆਪਾਂ ਆਪ ਬਣਾਈਏ ਪਲਾਸਟਿਕ ਪਾਈਪ ਦੀ ਤੇ ਜਿਹੜੀ ਥੱਲੇ ਲਗਾਈ ਹੋਈ ਆਈ ਇਹ ਆਪਾਂ ਖਰੀਦ ਕੇ ਲਿਆਂਦੀ ਏ ਠੀਕ ਆ ਠੀਕ ਆ ਬਈ ਆਪਾਂ ਖਰੀਦੀ ਏ ਠੀਕ ਆ ਹੁਣ ਇਹ ਅੱਗੇ ਪਿੱਛੇ ਚੱਲਦੀ ਏ ਹੁਣ ਅੱਗੇ ਜਾਂਦੀ ਏ ਮਸ਼ੀਨ ਹਮ ਠੀਕ ਆ ਹੁਣ ਵਹਿ ਜਾਂਦੀ ਏ ਤੇ ਇਥੋਂ ਇਹ ਇਹ ਦੇ ਵਿੱਚ ਵੀ ਕੁਝ ਫਿੱਟ ਕੀਤਾ ਆਪਾਂ ਨਹੀਂ ਇਹਦੇ ਵਿੱਚ ਹੀ ਬੈਟਰੀ ਏ ਇਹਦੇ ਵਿੱਚ ਕੱਲੀ ਬੈਟਰੀ ਆ ਬਸ ਹਾਂਜੀ ਤੇ ਇਹ ਆਪਣੀ ਚਾਰਜ ਹੁੰਦੀ ਹੈ ਹਾਂਜੀ ਇਹ ਚਾਰਜਰ ਹੁੰਦੀ ਹੈ ਠੀਕ ਹੈ ਇਹ ਵੀ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਮਿਲ ਗਈ ਹੋਣੀ ਆ ਚਲੋ ਹਨਾ ਬਾਜ਼ਾਰ 'ਚੋਂ ਮਿਲ ਗਈ ਠੀਕ ਹੈ ਤੇ ਇਹਦੇ ਵਿੱਚ ਹੋਰ ਪਈ ਗਏ ਕਿ ਨਾ ਆਪਾਂ ਕੋਈ ਚੀਜ਼ ਕੋਈ ਕੀ ਦੱਸ ਸਕਦੇ ਆ ਮਤਲਬ ਕਿ ਜਿਦਾ ਇਹਦੇ ਵਿੱਚ ਆਪਾਂ ਆ ਚੀਜ਼ ਮਾਡਲ ਬਣਾਏ ਇਹਦੇ ਵਿੱਚ ਕੀ ਕੁਝ ਫਿੱਟ ਕਰਤਾ ਫਿਰ ਆਪਾਂ ਇਹਦੇ ਵਿੱਚ ਹੀ ਆਪਾਂ ਇਹ ਤਿਆਰੀ ਹੋਈ ਜਾਂਦੀ ਹੈ ਜੀ ਠੀਕ ਹੈ ਤੇ ਜਿਵੇਂ ਇੰਜਨ ਨਹੀਂ ਹੁੰਦਾ ਜਿੰਨਟ ਗੇਰਾਂ ਦਾ ਜੀ ਉਵੇਂ ਆਪਾਂ ਇੰਜਨ ਬਣਾਤਾ ਜੀ ਤੇ ਸਾਇਲੈਂਸਰ ਲਾਤਾ ਜੀ ਆ ਜਿਵੇਂ ਆ ਸਟੀering ਲਾਤਾ ਲੀਂਗ ਲਾਤਾ ਹੀ ਤੇ ਉਹਦੇ ਆ ਆ ਇਧਰ ਆ ਰੇਸਰ ਦੂਸਰੀ ਲਾਤੀ ਹੱਥ ਵਾਲੀ ਹੈ ਨਾ ਹਾਂਜੀ ਹੱਥ ਤੇ ਗੇਅਰ ਹੁੰਦਾ ਜਿਹੜਾ ਆਪਣਾ ਸੋਰੀ ਹਾਂ ਤੇ ਮਿਊਜ਼ਿਕ ਸਿਸਟਮ ਲਾਤਾ ਆਪਾਂ ਆ ਇੱਥੇ ਆਪਾਂ ਲਾਤਾ ਸਹੀ ਗੱਲ ਆ ਬਿਲਕੁਲ ਹਾਂਜੀ ਠੀਕ ਹੈ ਤੇ ਆਪਣੇ ਆਹ ਟੈਂਕੀ ਲਾਤੀ ਉੱਪਰ ਹਾਂਜੀ ਉਹ ਟੈਂਕੀ ਲਾਤੀ ਠੀਕ ਹੈ ਠੀਕ ਹੈ ਠੀਕ ਹੈ ਆਪਾਂ ਦੂਸਰਾ ਵੀ ਲਾਇਆ ਵੀ ਮਤਲਬ ਕਿ ਜਿਹਦੇ ਨਾਲ ਦਾਣੇ ਹਾਂ ਟਰਾਲੀ ਚ ਡਿੱਗਦੇ ਆ ਹਨਾ ਉਹ ਵੀ ਚੀਜ਼ ਆ ਗਈ ਆਪਣੀ ਹਾਂਜੀ ਉਹ ਵੀ ਵਰਕ ਕਰਦੀ ਹੈ ਇਹ ਵੀ ਵਰਕ ਕਰਦੀ ਹੈ ਹਾਂ ਬਿਲਕੁਲ ਠੀਕ ਹੈ ਜੀ ਇਸ ਤੋਂ ਬਾਅਦ ਆਪਣੇ ਕੋਲੇ ਆਹ ਕੀ ਚੀਜ਼ ਬਣਾਈ ਆਪਾਂ ਇਹ ਜਿਹੜੀ ਕਟਰ ਦੇ ਉੱਤੇ ਟਰਾਲੀ ਨਹੀਂ ਪੈਂਦੀ ਉਹ ਤੇ ਮਸ਼ੀਨ ਦੇ ਪਿੱਛੇ ਹੀ ਉਹ ਹੋਏ ਠੀਕ ਹੈ ਆ ਜਿਹੜਾ ਕਟਰ ਆਪਾਂ ਲਾ ਕੇ ਉੱਪਰ ਰੱਖ ਲੈਣੇ ਹੁੰਦੇ ਆ ਨੇ ਹਾਂਜੀ ਉੱਪਰ ਰੱਖ ਲੈਣੇ ਤੁਹਾਨੂੰ ਲਾ ਕੇ ਦਿਖਾ ਦਿੰਨੇ ਠੀਕ ਹੈ ਜੀ ਇਹ ਐ ਰੱਖਿਆ ਜਾਂਦਾ ਹੈ ਠੀਕ ਹੈ ਉਸ ਤੋਂ ਬਾਅਦ ਇਹਨੂੰ ਮਸ਼ੀਨ ਦੇ ਪਿੱਛੇ ਪਾ ਕੇ ਮਤਲਬ ਕਿ ਕਈ ਸੜਕਾਂ ਰੋਕ ਲੈਂਦੇ ਆ ਹਨਾ ਜਾਂਦੇ ਜਾਂਦੇ ਠੀਕ ਹੈ ਜਿੱਥੇ ਲੈ ਕੇ ਜਾਣਾ ਉਹ ਪਿੱਛੇ ਪਾ ਕੇ ਲਿਜਾ ਸਕਦੇ ਆਪਾਂ ਹੂੰ ਤੇ ਇੱਕ ਗੱਲ ਮੈਨੂੰ ਹੁਣ ਇਹਦੇ ਤੋਂ ਬਾਅਦ ਨਾ ਉਹ ਚੀਜ਼ ਮੈਂ ਦੇਖਣੀ ਆ ਵੀ ਜਿਹੜੀ ਆਪਣੀ ਚੱਪਲਾਂ ਦੀ ਪਹਿਲਾ ਟਰੈਕਟਰ ਬਣਾਇਆ ਸੀ ਜਿਹੜਾ ਹਾਂਜੀ ਉਹ ਚੀਜ਼ ਦਿਖਾਓ ਜ਼ਰੂਰ ਇਹ ਚੱਪਲਾਂ ਦਾ ਟਰੈਕਟਰ ਸਾਰਾ ਹੀ ਆਪਾਂ ਇਹ ਵੀ ਕਰਿਆ ਆਪ ਹੀ ਤਿਆਰ ਕੀਤਾ ਇਹ ਸਾਰਾ ਹੀ ਹੂੰ ਇਹ ਹਰੇਕ ਜਿਹੜੇ ਟਾਇਰ ਆ ਤੁਹਾਨੂੰ ਐ ਲੱਗਦੇ ਬਾਜ਼ਾਰੋਂ ਪਾਏ ਇਹ ਵੀ ਆਪਾਂ ਆਪ ਕੱਟ-ਕੱਟ ਕੇ ਬਣਾਏ ਆ ਠੀਕ ਆ ਮਤਲਬ ਕਿ ਜਿਹੜੀਆਂ ਗੁੱਡੀਆਂ ਬਣਾਈਆਂ ਤੂੰ ਆਹ ਇਹ ਆਪੇ ਹੀ ਕੱਟੀਆਂ ਨੇ ਹਾਂਜੀ ਇਹ ਬਲੇਟਾਂ ਨਾਲ ਕੱਟੀਆਂ ਠੀਕ ਐ ਤੇ ਇਹ ਸਾਰ ਇਹ ਨੀਚੇ ਤੋਂ ਦਿਖਾਇਓ ਮੜਾ ਆ ਆ ਇਹ ਨੀਚੇ ਤੋਂ ਆ ਸਾਰ ਆ ਚੱਪਲਾਂ ਦੇ ਹੀ ਇਹ ਹਾਂਜੀ ਚੱਪਲਾਂ ਦੇ ਹੀ ਆ ਸਾਰਾ ਹੀ ਠੀਕ ਐ ਬਸ ਚੱਪਲਾਂ ਦੇ ਗਮ ਯੂਜ਼ ਕੀਤੀ ਆਪਾਂ ਗੂੜੇ ਦੇ ਵਿੱਚ ਹਾਂਜੀ ਬਾਕੀ ਸਾਰਾ ਚੱਪਲਾਂ ਦਾ ਵਰਕ ਹੀ ਹੈ ਦੇਖੀ ਹਾਂਜੀ ਇਹਦੇ ਵਿੱਚ ਉਹ ਛਤਰੀ ਵੀ ਲਾਈ ਸੀਗੀ ਪਰ ਸਾਡੇ ਮੀ ਪੈ ਸੀ ਵਿੱਚ ਤੋਂ ਇਹਦੇ ਉੱਤੇ ਬੱਤਾ ਲੱਗ ਗਿਆ ਇਹ ਤਾਂ ਕਰਕੇ ਟੁੱਟ ਗਿਆ ਅੱਛਾ ਉਹ ਮਤਲਬ ਕਿ ਉੱਪਰੋਂ ਲੱਗ ਗਿਆ ਸੀਗਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਵਾਹ ਵੀ ਵਾਹ ਤੇ ਹੁਣ ਆਪਾਂ ਹੋਰ ਕੀ ਚੀਜ਼ ਦਿਖਾਉਣੀ ਹੈ ਹੁਣ ਆਪਾਂ ਜਾਂਦੇ ਆ ਟਰੈਕਟਰ ਆਪਾਂ ਵਾਇਰਲੈਸ ਬਣਾਇਆ ਜਿਵੇਂ ਗੱਡੀਆਂ ਵਾਇਰਲੈਸ ਨਹੀਂ ਹੁੰਦੀਆਂ ਇਹ ਉਵੇਂ ਆਪਾਂ ਬਣਾਇਆ ਇਹ ਤੂੰ ਆਪਣੇ ਵੱਲੋਂ ਬਣਾਇਆ ਆਪਦੇ ਵੱਲੋਂ ਹਾਂਜੀ ਇਹ ਵੀ ਤੁਸੇ ਲੱਗਦਾ ਵੀ ਖਰੀਦਾ ਹੋਗਾ ਇਹ ਵੀ ਆਪਾਂ ਖਰੀਦਿਆ ਨਹੀਂ ਇਹ ਵੀ ਪੀਪੀਸੀ ਪਾਈਪ ਨੂੰ ਕੱਟ-ਕੱਟ ਕੇ ਫੇਰ ਬਣਾਇਆ ਵੀ ਹੈ ਇਹਦੇ ਤੇ ਰੰਗ ਕਰਤਾ ਤਾਂ ਕਰਕੇ ਸ਼ੋ ਨਹੀਂ ਹੁੰਦੇ ਠੀਕ ਆ ਠੀਕ ਆ ਉਹ ਮਤਲਬ ਕਿ ਕੋਈ ਜਿਆ ਕਲਰ ਕਰਤਾ ਜੌਂਦੇ ਟਰੈਕਟਰ ਵਾਂਗੂ ਹਾਂਜੀ ਜਿਵੇਂ ਜੌਂਦੇ ਟਰੈਕਟਰ ਨਹੀਂ ਹੁੰਦੇ ਉਵੇਂ ਆਪਾਂ ਇਹਨੂੰ ਕਲਰ ਕਰਤਾ ਤੇ ਸਟicker ਵਗੈਰਾ ਮਾਡਲ ਵੀ ਇੱਥੋਂ ਵੀ ਆਪਾਂ ਗਲਾਈ ਉਹਦੇ ਵਾਂਗੂ ਦੇਤੀ ਹੈ ਨਾ ਹਾਂਜੀ ਹਾਂਜੀ ਇਹ ਸਾਰੀ ਪੀਪੀਸੀ ਪਾਈਪ ਦਾ ਹੀ ਬਣਾਇਆ ਹੋਇਆ ਵੀ ਇਹ ਠੀਕ ਹੈ ਤੇ ਇਹ ਫਿਰ ਹੁਣ ਜਿਵੇਂ ਇਹਦਾ ਸੈਂਸਰ ਕਿਵੇਂ ਫਿੱਟ ਕੀਤਾ ਵੀ ਇਹਦੇ ਵਿੱਚ ਜਿਹੜੀਆਂ ਬੁਜਾਰਾਂ ਦੇ ਗੱਡੀਆਂ ਨਹੀਂ ਹੁੰਦੀਆਂ ਦੀ ਹਾਂਜੀ ਉਹਦਾ ਮੈਂ ਕੰਟਰੋਲਰ ਕੱਢ ਕੇ ਫਿਰ ਇਹਦੇ ਵਿੱਚ ਫਿੱਟ ਕਰਤਾ ਏ ਠੀਕ ਹੈ ਤੇ ਕਿਤੇ ਬਚਾ ਰੈੱਡੋ ਸਵਿਚ ਲੱਗੀ ਹੈ ਕੀ ਵਰਕ ਕਰਦੀ ਆ ਵੀ ਇਹ ਜਿਵੇਂ ਸਪਲਾਈ ਬੰਦ ਕਰਨੀ ਹੋਵੇ ਫਿਰ ਇਹ ਟਰੈਕਟਰ ਨਹੀਂ ਚੱਲਦਾ ਏ ਤੇ ਜੇ ਜੇ ਆਪਾਂ ਨੂੰ ਆਨ ਕਰ ਦਾਂਗੇ ਫਿਰ ਇਹ ਅੱਗੇ ਪਿੱਛੇ ਚੱਲੂਗਾ ਏ ਠੀਕ ਹੈ ਤੇ ਕਟਾਈ ਵੀ ਕਰਦਾ ਏ ਮਤਲਬ ਕਿ ਖੱਬੇ ਸੱਜੇ ਮੋੜਨ ਵਾਸਤੇ ਹਾਂਜੀ ਮੋੜ ਕੇ ਦਿਖਾਓ ਇੱਕ ਵਾਰੀ ਕਿਉਂ ਵੀ ਮਿੱਤਰੋ ਤੁਹਾਨੂੰ ਕਿਹਾ ਸੀ ਨਾ ਵੀ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਗਾਣਾ ਬੋਲ ਕੇ ਦੱਸਿਆ ਵੀ ਵਾਕਈ ਬੱਚੇ ਦੀ ਹੈ ਨਾ ਮਿਹਨਤ ਬੋਲਦੀ ਹੈ ਤੇ ਇੱਕ ਆਪ ਤਾਂ ਬਹੁਤ ਵੱਡਾ ਟਰੈਕਟਰ ਬਣਾਇਆ ਗਾ ਕਿ ਨਾ ਇਹਦਾ ਕਿਵੇਂ ਆ ਇਹ ਨਿਊ ਹੋਲੈਂਡ ਟਰੈਕਟਰ ਹੈ ਇਹ ਵੀ ਸਾਰਾ ਵਰਕ ਕਰ ਦਦੀ ਕਟਾਈ ਵੀ ਚੱਲਦੀ ਹੈ ਇਹ ਤੇ ਅੱਗੇ ਪਿੱਛੇ ਵੀ ਚੱਲਦਾ ਹੈ ਤੇ ਲੈਂਕਾ ਵੀ ਚੱਕਦਾ ਹੈ ਇਹ ਤਾਂ ਤੂੰ ਪੀਟੀਓ ਸਾਫਟ ਵੀ ਲਾਈ ਬੈਠਾ ਹਾਂ ਵਾਲੀ ਹਾਂ ਜੀ ਪੀਟੀਓ ਸਾਫਟ ਵੀ ਚੱਲਦੀ ਹੈ ਇਹ ਵੀ ਚੱਲਦੀ ਹੈ ਹਾਂਜੀ ਠੀਕ ਹੈ ਲਓ ਵੀ ਕੈਮਰਾਮੈਨ ਸਭ ਇਹ ਵੀ ਨਾਲ ਨਾਲ ਇਹਦੇ ਨਾਲ ਆਪਾਂ ਫਿਰ ਟਰਾਲੀ ਜੋੜ ਗੀ ਕਿ ਕੀ ਜੋੜ ਗੇ ਹੁਣ ਵੀ ਪੀਟੀਐ ਸਾਫਟ ਵੀ ਦਿਖਾਵਾਂਗੇ ਜਿਹੜੀ ਨਾਲ ਕੀ ਜੋੜ ਗੇ ਇੱਥੇ ਆਪਾਂ ਇਹ ਰੀਪਰ ਜੋੜ ਲੈਂਦੇ ਜੋੜ ਲਓ ਜੀ ਫਿਰ ਰੀਪਰ ਵੀ ਆਪਣੇ ਆਪ ਹੀ ਬਣਾਇਆ ਆਪਾਂ ਹਾਂਜੀ ਰੀਪਰ ਵੀ ਪਲਾਸਟਿਕ ਪਾਈਪ ਦਾ ਹੀ ਬਣਾ ਹੋਇਆ ਵੀ ਇਹਦੇ ਵਿੱਚ ਛੋਟੇ ਛੋਟੇ ਗੀਅਰ ਬਾਕਸ ਯੂਜ਼ ਕਰਕੇ ਬਣਾ ਹੋਇਆ ਵੀ ਹੈ ਹੂੰ ਅੱਛਾ ਆਹ ਵਾਲੀ ਚੀਜ਼ ਆਪਾਂ ਦੇਖੋ ਵੀ ਮਿੱਤਰੋ ਇੱਥੋਂ ਤੁਹਾਨੂੰ ਦਿਖਾ ਦਈਏ ਇੱਥੋਂ ਆ ਦੇਖੋ ਜੀ ਆਹ ਪਲਾਸਟਿਕ ਦੇ ਪੈਨ ਕੱਟ ਕੇ ਤੇ ਉਹਨਾਂ ਨੂੰ ਮਤਲਬ ਜਿਹੜੀ ਪੀਟੀਐ ਸਾਫਟ ਆਪਣੀ ਹਾਂ ਉਦੇ ਵਿੱਚ ਕ੍ਰੋਸ ਆ ਵੇਖੋ ਇਹਦੇ ਵਿੱਚ ਗਿੱਟੀਆਂ ਫਿੱਟ ਕੀਤੀਆਂ ਕਿਹੜੇ ਤਰੀਕੇ ਬਹੁਤ ਜ਼ਿਆਦਾ ਦਿਮਾਗ ਲੱਗਦਾ ਹੈ ਨਾ ਤੇ ਆਹ ਦੇਖੋ ਜਦੋਂ ਇਹ ਵਰਕ ਕਰੂਗੀ ਤਾਂ ਥੱਲੇ ਤੋਂ ਜਿਹੜਾ ਇਹ ਚੀਜ਼ ਹੈ ਜਿਹੜੀ ਉਹ ਘੁੰਮ ਰਹੀ ਹੈ ਦੇਖੋ ਹੈ ਨਾ ਤੇ ਹੁਣ ਉਹਨੂੰ ਆਪਾਂ ਟਰੈਕਟਰ ਦੇ ਵਿੱਚ ਦੇਖਦੇ ਹਾਂ ਵੀ ਕਿਵੇਂ ਫਿੱਟ ਕਰਦਾ ਮੁੰਡਾ ਹਾਂਜੀ ਲਓ ਜੀ ਆ ਵੱਡੀ ਉਹਦੇ ਵਾਂਗੂੰ ਪੈਨ ਪੈਂਦੀ ਹੈ ਹੈ ਨਾ ਹਾਂਜੀ ਠੀਕ ਹੈ इत इस तरह पैन ली अच्छा कंट्रोलर सारे इको आग नहीं वाला ਹਾਂਜੀ ਕੰਟਰੋਲ ਲੋ ਜੀ ਦੋਸਤੋ ਹੁਣ ਆਪਾਂ ਇਹਦੇ ਨਾਲ ਰੋਟਾ ਵਿਟਰਾ ਜਿਹੜਾ ਇਹਨੂੰ ਜੋੜ ਲਿਆ ਸੌਰੀ ਆਪਣਾ ਕੀ ਹੁੰਦਾ ਕਿ ਕਹਿੰਨੇ ਇਹ ਰੀਪਰ ਰੀਪਰ ਆਪਾਂ ਇਹਦੇ ਨਾਲ ਜੋੜਿਆ ਵੀ ਮਿੱਤਰੋ ਹਨਾ ਜਿਹੜਾ ਕਾਰਚੇ ਆਪਣੇ ਵੱਡਣ ਵਾਲਾ ਹੁੰਦਾ ਹੈਗਾ ਤੇ ਇਹਦੇ ਨਾਲ ਆਪਾਂ ਹੁਣ ਜੋੜ ਕੇ ਇਹਨੂੰ ਵਰਕਿੰਗ ਦੇ ਵਿੱਚ ਆਪਾਂ ਕਰਾਂਗੇ ਰੈਡੀ ਕਿ ਵਰਕ ਕਿਵੇਂ ਕਰੂਗਾ ਹਨਾ ਉਹ ਚੀਜ਼ ਤੁਹਾਨੂੰ ਦਿਖਾਉਣੇ ਤੇ ਆ ਇਹਦੇ ਵਿੱਚ ਇਹਨੇ ਸਾਰੀਆਂ ਅਲੱਗ-ਅਲੱਗ ਜਿਵੇਂ ਕੰਬਾਈਨ ਤੇ ਵਹਰਾਂ ਵਹਰਾਂ ਲਗਾਏਗਾ ਸੀਗਾ ਕਿ ਅੱਗੇ ਨੂੰ ਪਿੱਛੇ ਨੂੰ ਜਾਂ ਜਿਹੜਾ ਕਟਰਾ ਉੱਪਰ-ਨੀਚੇ ਕਿਵੇਂ ਕਰਨਾ ਹੈ ਉਹ ਚੀਜ਼ ਆ ਇਹਦੇ ਵਿੱਚ ਵੀ ਵਾਇਰਸ ਸਾਰੀਆਂ ਅਲੱਗ-ਅਲੱਗ ਲੱਗੀਆਂ ਹੁੰਦੀਆਂ ਨੇ ਹੀ ਹੋਊਗੀ ਮੇਰੀ ਸੋਣਾ ਹਣਾ ਹਾਂਜੀ ਹੂੰ ਉਹ ਫਿਰ ਕਤਾਰਾਂ ਇਕੱਠੀਆਂ ਨੇ ਪਤਾ ਨਹੀਂ ਚੱਲਦਾ ਇਹ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਹੂੰ ਤੇ ਉੱਪਰੋਂ નીચે ਆ ਗਿਆ ਹੂੰ ਆਹੀ ਹੋਊਗੀ ਤੇ ਗੱਲ ਕਰਨ ਇਹਦੇ ਵਿੱਚ ਫਿਰ ਆਪਾਂ ਮਤਲਬ ਕਿ ਕਿੰਨੀ ਬੈਟਰੀ ਬੂਟ ਦੀ ਕਿਹੜੀ ਯੂਜ਼ ਕੀਤੀ ਹੈ ਇਹਦੇ ਵਿੱਚ ਆਹੀ ਬੈਟਰੀ ਚੱਲਦੀ ਹੈ 12 ਬੋਲਟ ਦੀ ਤੇ ਇਹਦੇ ਵਿੱਚ ਸੈਂਸਰ ਜਾਂ ਮਤਲਬ ਕਿ ਇਹਦੇ ਵਿੱਚ ਕੀ ਯੂਜ਼ ਕੀਤਾ ਮੋਟਰ ਵਗੈਰਾ ਜਿਹੜੀ ਇਹਦੇ ਜਿਹੜੀ ਆਪਾਂ ਰੀਪਰ ਤੇ ਲਗਾਈ ਹੋਈ ਹੈ ਜੀ ਉਹ ਤਾਂ 9 ਬੋਲਟ ਹੈ ਜੀ ਏਅਰ ਬਾਕਸ ਵਾਲੀ ਠੀਕ ਹੈ ਤੇ ਜਿਹੜੀ ਇਹਦੇ ਉਹਦੇ ਅੱਗੇ ਪਿੱਛੇ ਕਰਨ ਵਾਸਤੇ ਲਾਈ ਹੈ ਉਹ ਹੈਗੀ 12 ਬੋਲਟ ਦੀ ਠੀਕ ਹੈ ਲੋਬੀਆ ਜੂਰ ਦਿਖਾ ਦਿਓ ਅਰੇ ਪੱਛਾ ਦਾ ਕਰਤਾ ਦਿਖਾਤਾ ਹੈ ਹਾਂਜੀ ਹਾਂਜੀ ਰੀਪਾ ਆਪਾਂ ਜਿਹੜਾ ਚੱਲਦਾ ਰੀਪਰ ਹੈ ਉਹ ਤੁਹਾਨੂੰ ਕਰਤਾ ਕਰਤਾ ਜਿਹੜਾ ਚੱਲਦਾ ਤੇ ਇੱਥੋਂ ਵੀ ਤੁਸੀਂ ਦੇਖ ਸਕਦੇ ਆ ਵੀ ਚੱਲ ਰਿਹਾ ਨਾਲ-ਨਾਲ ਹੈਨਾ ਹਾਂ ਤੇ ਹੁਣ ਆਪਾਂ ਇਹ ਅੱਗੇ ਪਿੱਛੇ ਵੀ ਜਾਊਗਾ ਟਰੈਕਟਰ ਹਾਂਜੀ ਅੱਗੇ ਪਿੱਛੇ ਹੀ ਜਾਊਗਾ ਇਹਨੂੰ ਐ ਲੱਗੇ ਲਗਾਈ ਹੈਨਾ ਆਪਾਂ ਉਹ ਕਰ ਦਿੰਨੇ ਆ ਇਥੋਂ ਵਾਇਰ ਵਾਇਰ ਕੱਢ ਕੇ ਦੂਸਰੀ ਵਾਇਰ ਤੇ ਲਾ ਦਿਓ ਠੀਕ ਹੈ ਹੂੰ ਇੱਥੇ ਲਾਉਣੀ ਆ ਮੇਹ ਸਾਨੂੰ ਹੁਣ ਆਪਾਂ ਇੱਥੇ ਬਣਾ ਤੇ ਤੂੰ ਹੁਣ ਇਹ ਜਿੱਦਾਂ ਕਹਿੰਦੇ ਤੁਸੀਂ ਵੀ ਇਹਦੇ ਨਾਲ ਹੀ ਜੋੜ ਤਿਆਂ ਵੀ ਇਹ ਫਿਰ ਇਹ ਮੋਟਰ ਤੇ ਕੋਈ ਅਸਰ ਪੈਂਦਾ ਨਹੀਂ ਐ ਜਿਆਦਾ ਨਹੀਂ ਮੋਟਰ ਤੇ ਨਹੀਂ ਅਛਾ ਸੇਫ ਪਹਿਲਾਂ ਸਾਰਾ ਚਲਾ ਚਲਾ ਕੇ ਦੇਖਿਆ ਸੀ ਹਾਂਜੀ ਕਿੰਨੇ ਮੋਟਰਾਂ ਸੜੀਆਂ ਫਿਰ ਇਹਦੇ ਤੇ ਇਹਦੇ 2-3 ਸੜ ਗਈਆਂ ਮੋਟਰਾਂ ਇਹ ਅੱਛਾ ਇਹਨੂੰ ਤਾਂ ਮੈਂ 2-3 ਵਾਰੀ ਵਰ ਡਾਇਰੈਕਟਰ ਨੂੰ ਖੋਲਤਾ ਹੀ ਕਿਉਂਕਿ ਮੋਟਰ ਕੋਈ ਬੈਠੀ ਨਹੀਂ ਚੱਜ ਕਰਕੇ ਠੀਕ ਹੈ ਔਰ ਮੋੜਨਾ ਡੇਬੀਓ ਚਲੋ ਜੀ ਲਓ ਵੀ ਦੋਸਤੋ ਨਾਲ-ਨਾਲ ਜਿਹੜਾ ਰੀਪਰ ਹੈ ਉਹ ਪਿੱਛੇ ਤੋਂ ਕੰਮ ਵੀ ਕਰ ਰਿਹਾ ਹੈਗਾ ਤੇ ਇਹ ਇਹ ਕ ਕਟਾਈ ਵੀ ਕਰੂਗਾ ਇਹ ਜੇ ਆਪਾਂ ਇਹਨੂੰ ਕਟਾਈ ਵਾਲੀ ਤਾਰ ਲਾਤੀ ਇਹਦੇ ਹਾਂਜੀ ਕਟਾਈ ਵੀ ਕਰੂਗਾ ਆਪਾਂ ਅਲੱਗ ਤਾਰ ਲਾਤੀ ਇਹਦੇ ਠੀਕ ਆ ਠੀਕ ਆ ਉਹ ਵੀ ਇਹਦੇ ਹੁਣ ਹੁਣ ਹੀ ਲੱਗ ਜੂ ਕਿ ਅਲੱਗ ਤੋਂ ਲਾਉਣੀ ਪਊ ਲੱਗ ਤੋਂ ਲਾਉਣੀ ਪੈਣੀ ਹੈ ਅੱਛਾ ਅੱਛਾ ਉਹ ਅਲੱਗ ਤੋਂ ਲਾਉਣੀ ਪੈਂਦੀ ਹੈ ਹਾਂਜੀ ਠੀਕ ਆ ਵੀ ਦੋਸਤੋ ਲਓ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਆ ਵੀ ਰੀਪਰ ਵੀ ਨਾਲ ਚੱਲਦਾ ਹੈ ਹਨਾ ਕਟਿੰਗ ਵੀ ਇੱਥੋਂ ਦਿਖਾ ਦਿਓ ਪਿੱਛੇ ਤੋਂ ਮੈਂ ਕਰਦੇ ਆਂ ਚੀਜ਼ ਦਿਖਾ ਦਿਓ ਪਿੱਛੇ ਬਸ ਠੀਕ ਹੈ ਵੀ ਮੇਤਰਾ ਆ ਨਿਕਲ ਗਿਆ ਕੋਈ ਗੱਲ ਨਹੀਂ ਤੇ ਇਹ ਸੀਗਾ ਵੀ ਮਤਲਬ ਕਿ ਆਪਣਾ ਵੱਡਾ ਟਰੈਕਟਰ ਜਿਹੜਾ ਬੱਚੇ ਨੇ ਬਣਾਇਆ ਹੁਣ ਤੁਹਾਨੂੰ ਆਪਾਂ ਜਿਹੜੀ ਟਰਾਲੀ ਹੈ ਟਰਾਲੀ ਬਣਾਈਆ ਵੀਰ ਨੇ ਹੈਨਾ ਤੇ ਇਹਦੇ ਵਿੱਚ ਮਤਲਬ ਕਿ ਜਿਵੇਂ ਆਪਣੀ ਲੈਫਟ ਸਾਈਡ ਟਰਾਲੀ ਹੁੰਦੀ ਹੈ ਉਹ ਸਾਰੀ ਚੀਜ਼ ਉਸੇ ਤਰੀਕੇ ਆ ਹਾਂਜੀ ਇਹ ਵੀ ਪੀਪੀਸੀ ਪਾਈਪ ਦੀ ਬਣੀ ਹੋਈ ਵੀ ਹੈ ਸਾਰੀ ਸਾਰੀ ਇਹ ਵੀ ਕਿਹੜੇ ਆਹ ਵਾਲੀ ਜਾਲੀ ਇਹ ਤਾਂ ਜਾਲੀ ਜਿਹੜੀ ਕਹਿੰਦੇ ਆ ਆਪਣੇ ਜਿਹੜੀ ਮਸ਼ੀਨਾਂ ਥੱਲੇ ਨਹੀਂ ਲੱਗਦੀ ਉਹਦੀ ਕੱਟ-ਕੱਟ ਕੇ ਫੇਰ ਬਣਾਈ ਵੀ ਐ ਤੇ ਫਿਰ ਵੈਲਡ ਬੁਲਡ ਕਿਵੇਂ ਕੀਤਾ ਵੀ ਮਿੱਤਰ ਇਹ ਇਹ ਵੀ ਪੈਪੀ ਐਪੀ ਵੀ ਸੀ ਪੈਪੀ ਤੇ ਉਹਨੂੰ ਵੈਲਡ ਕਰਕੇ ਹੀ ਫਿਰ ਆਪਾਂ ਜਿਹੜੀਆਂ ਛੋਟੀਆਂ ਤਾਰਾਂ ਨਹੀਂ ਹੁੰਦੀਆਂ ਜਿਹੜੀ ਆਪਣੇ ਲੋਹੇ ਲੈਂਟਰ ਬਣਨ ਵਾਲੀਆਂ ਹਾਂ ਉਹਦੇ ਨਾਲ ਬੰਨਤੀ ਠੀਕ ਐ ਤੇ ਇਹ ਆਪਾਂ ਜੇ ਬੈੱਡ ਦਾ ਲਾਉਣਾ ਹੋਵੇ ਲੈ ਵੀ ਜਾਂਦਾ ਹਾਂਜੀ ਬੈੱਡ ਵੀ ਲੈਂਦਾ ਕੀਤਾ ਸਾਰਾ ਕੁਝ ਹੀ ਲੈਂਦਾ ਕੀਤਾ ਇਹਦਾ ਹੂੰ ਅੱਛਾ ਆ ਜਿਵੇਂ ਵੱਡਾ ਬੈੱਡ ਹੁੰਦਾ ਆਪਣਾ ਉਸੇ ਤਰੀਕੇ ਉਹ ਵੀ ਐਂ ਪੈਂਦਾ ਵਿੱਚ ਹਾਂਜੀ ਐਂ ਲੈ ਜਾਂਦੇ ਠੀਕ ਐ ਤੇ ਆਪਾਂ ਬਾਰੀ ਵੀ ਖੋਲਦੀ ਕੀਤੀ ਹੈ ਤੇ ਪਿਛਲਾ ਡਾਲਾ ਵੀ ਖੋਲ ਲੈਂਦਾ ਹੈ ਠੀਕ ਹੈ ਲੋ ਵੀ ਆ ਜਿੱਦਾਂ ਕਿ ਹੁਣ ਮਾਡਰਨ ਟ੍ਰਾਂਲ ਲਗਾਈਆਂ ਹਨਾ ਮਾਡਰਨ ਐਗਰੀਕਲਚਰ ਦੇ ਸਿਸਟਮ ਦੇ ਹਿਸਾਬ ਦੇ ਨਾਲ ਜਿਵੇਂ ਡਾਲਾ ਉਹਨਾਂ ਦਾ ਜਾਂ ਤਾਂ ਇਸ ਤਰੀਕੇ ਖੁੱਲਦਾ ਜਾਂ ਪਿੱਛੇ ਤੋਂ ਜਾਂ ਜਿਵੇਂ ਇਹਨੇ ਖੋਲਿਆ ਆ ਸਭ ਤੋਂ ਮਾਡਰਨ ਚੀਜ਼ ਹੈ ਕਿ ਸਾਈਡ ਨੂੰ ਜਿਹੜਾ ਡਾਲਾ ਖੁੱਲਦਾ ਤੇ ਇਹ ਦੇਖ ਲੋ ਵੀ ਮਿੱਤਰੋ ਇਹ ਵੀ ਆਪਾਂ ਉਵੇਂ ਜਿਹੜਾ ਕਿ ਗਗਨ ਨੇ ਸਾਈਡ ਨੂੰ ਖੁੱਲਦਾ ਕਰਤਾ ਤੇ ਇਹਨੂੰ ਹੁਣ ਆਪਾਂ ਲਿਫਟ ਵਾਲਾ ਜਿਹੜਾ ਸਿਸਟਮ ਆ ਉਹ ਕਿਵੇਂ ਗਗਨ ਓਏ ਆਪਾਂ ਸਰਿੰਜਾਂ ਲਗਾਈਆਂ ਹੋਈਆਂ ਈ ਥੱਲੇ ਠੀਕ ਹੈ ਆਪਾਂ ਚੱਕ ਕੇ ਦਿਖਾ ਦਿੰਨੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਤੇ ਆਹ ਜੇ ਆਪਾਂ ਟਰੈਕਟਰ ਦੇ ਪਿੱਛੇ ਆਪਣੇ ਪਾਉਣੇ ਹੋਵੇ ਕਿਸੇ ਦੇ ਪਿੱਛੇ ਵੀ ਪਾ ਸਕਦੇ ਹਾਂ ਹਾਂ ਜੀ ਇਹਦੇ ਮੂਰੇ ਪੈਨ ਬਹੁਤ ਪਾ ਕੇ ਹੈ ਨਾ ਸਾਰਾ ਹਾਂ ਜੀ ਹਾਂ ਜੀ ਠੀਕ ਹੈ ਤੇ ਜਿਹੜਾ ਰੋਟਾ ਵੀਟਰ ਇਹ ਵੀ ਕੰਮ ਕਰਦਾ ਫਿਰ ਹਾਂ ਜੀ ਇਹ ਵੀ ਰੀਪਰ ਵਾਂਗੂ ਹੀ ਕੰਮ ਕਰਦਾ ਹੈ ਆ ਠੀਕ ਹੈ ਤੇ ਇਹ ਮਤਲਬ ਕਿ ਉਹ ਪੀਟੀਓ ਸ਼ਾਫਟ ਉਹਦੇ ਪਿੱਛੇ ਲੱਗ ਕੇ ਸਾਰਾ ਉਵੇਂ ਕੰਮ ਕਰੂਗਾ ਹਾਂਜੀ ਉਵੇਂ ਹੀ ਕੰਮ ਕਰਦੇ ਜਿਹੜੇ ਜਿਹੜੇ ਹੁਣ ਰੋਟਾ ਵੀ ਟਰਾਈ ਵੀ ਆਈ ਆਪਾਂ ਉਵੇਂ ਹੀ ਗੇਅਰ ਬਾਕਸ ਲਾ ਕੇ ਫੇਰ ਬਣਾਇਆ ਹੋਇਆ ਵੀ ਆਈ ਆ ਆ ਦੇਖ ਸਕਦੇ ਠੀਕ ਹੈ ਤੇ ਦੇਖ ਆਪਾਂ ਗਲਾਰੀਆਂ ਲਾਈਆਂ ਹੋਈਆਂ ਈ ਪਹਿਲਾਂ ਚੈਂਡਰ ਚੈਣ ਵਾਂਗੂੰ ਹੁੰਦੇ ਹੁੰਦੇ ਸੀ ਗਏ ਹਾਂਜੀ ਹਾਂਜੀ ਇਹ ਗੇਅਰ ਬਾਕਸ ਬਣਾ ਕੇ ਫੇਰ ਲਾਇਆ ਹੋਇਆ ਵੀ ਇਹ ਗਲਾਰੀਆਂ ਪਾ ਕੇ ਛੋਟੀਆਂ ਛੋਟੀਆਂ ਠੀਕ ਹੈ ਤੇ ਆ ਜਿਹਨੂੰ ਇਹਨੂੰ ਆਪਾਂ ਐ ਮੰਨ ਕੇ ਚਲੋ ਘਮਾਵਾਂਗੇ ਤਾਂ ਦੇਖੋ ਵੀ ਤੁਸੀਂ ਪੀਟੀਓ ਸ਼ਾਫਟ ਜਦੋਂ ਆਪਾਂ ਘਮਾਉਣੇ ਆ ਤਿਹੜਾ ਰੋਟਾਵੇਟਰ ਦੇ ਜਿਹੜੇ ਬਲੇਡ ਆ ਉਹ ਨਾਲ-ਨਾਲ ਉਹ ਮੇ ਘੁੰਮਦੇ ਆ ਤੇ ਫਿਰ ਆਹ ਚੀਜ਼ ਜਮਾ ਇਹ ਜਿਵੇਂ ਜਮਾ ਹੀ ਉਹ ਮੇ ਸੇਮ ਬਣਾਤੀ ਇਹ ਚੀਜ਼ ਕਿਵੇਂ ਬਣਾਈ ਆ ਇਹ ਜਿਹੜੇ ਕਿਉਂ ਦੇ ਪੀਪੇ ਨਹੀਂ ਹੁੰਦੀ ਹਾਂਜੀ ਉਹਨਾਂ ਨੂੰ ਕੱਟ ਕੇ ਫਿਰ ਆਪਾਂ ਮੈਂਡ ਕਰਕੇ ਫਿਰ ਬਣਾਏ ਹੋਏ ਵੀ ਇਹ ਠੀਕ ਆ ਠੀਕ ਆ ਤੇ ਇਸ ਤੋਂ ਬਾਅਦ ਆ ਗਿਆ ਆ ਆਪਣਾ ਕੰਪਿਊਟਰ ਕਰਾ ਲਿਆ ਹਾਂ ਤੇ ਇਹ ਵੀ ਸਾਰਾ ਉਵੇਂ ਵਰਕ ਕਰਦਾ ਹਾਂਜੀ ਇਹ ਵੀ ਆਪਾਂ ਸਿਲੈਂਡਰ ਲਗਾਈ ਹੋਈ ਸੀ ਤੇ ਉਹ ਸਿਲੈਂਡਰ ਸਿਲੈਂਡਰ ਟੁੱਟ ਗਈ ਤਾਂ ਕਰਕੇ ਉੱਚਾ ਨੇਵਾ ਵੀ ਹੋ ਜਾਂਦਾ ਜਿੰਨਾ ਆਪਾਂ ਲਗਾਉਣਾ ਹੋਵੇ ਤੇ ਉਹਨਾਂ ਲਗਾ ਸਕਦੇ ਆਂ ਮਤਲਬ ਕਿ ਜਦੋਂ ਆਪਾਂ ਕਿਸੇ ਰੋਡ ਤੇ ਲੈ ਕੇ ਜਾਣਾ ਤਾਂ ਪੋਚਾ ਚੱਕ ਲੈਣਾ ਉਸ ਚੀਜ਼ ਨੂੰ ਠੀਕ ਹੈ ਠੀਕ ਹੈ ਤਾਂ ਉਹ ਇੱਥੇ ਆਪਾਂ ਸਰਿੰਜ ਫਿੱਟ ਕਰਤੀ ਸੀ ਇਹਦੇ ਵਿੱਚ ਤੇ ਇਹ ਫਿਰ ਇੱਥੋਂ ਕਾਹਦੇ ਨਾਲ ਫਿੱਟ ਕੀਤੀ ਵੀ ਇਹ ਐਮਸੀ ਲਗਾਈ ਹੋਈ ਵੀ ਇਹ ਠੀਕ ਹੈ ਠੀਕ ਹੈ ਉਹ ਵੀ ਤਾਂ ਸਰ ਆ ਪੀਪੀਸੀ ਪੈਪ ਦਾ ਬਣਾ ਹੋਇਆ ਵੀ ਹੂੰ ਤੇ ਆ ਵੀ ਵਰਕ ਕਰਦਾ ਸੀ ਇਹਦਾ ਨਹੀਂ ਇਹ ਤਾਂ ਨਹੀਂ ਕਰਦਾ ਅੱਛਾ ਇਹ ਮਾਡਲ ਆਪਾਂ ਮਤਲਬ ਕਿ ਉਸ ਤਰੀਕੇ ਲਾਤਾ ਹਾਂਜੀ ਤੇ ਆ ਤਵੀਆਂ ਰਹਿ ਗਈਆਂ ਆਪਣੀਆਂ ਤੇ ਇਹ ਤਵੀਆਂ ਅਛਾ ਦਾ ਚਲੋ ਉਹ ਸੀਗਾ ਹਨਾ ਆਪਣਾ ਇਹਦੇ ਵਿੱਚ ਪੈਨ ਪੈਂਦੀ ਹੋਣੀ ਹੈ ਨਾ ਪੈਨ ਪੈਂਦੀ ਠੀਕ ਹੈ ਠੀਕ ਹੈ ਇੱਥੇ ਪਈ ਸੀ ਹਾਂ ਆ ਵਾਲੀ ਪੈਨ ਉਹ ਕੱਢ ਕੇ ਇਹ ਵੀ ਪਈ ਨੂੰ ਮੇਰੇ ਹਿਸਾਬ ਨਾਲ ਆਹ ਫਤਿਹ ਆ ਦੇਖੋ ਵੀ ਇਹਦੇ ਵਿੱਚ ਆ ਪੈਨ ਪੈ ਜਾਂਦੀ ਹੈ ਮਿੱਤਰੋ ਇਸ ਤਰੀਕੇ ਲੋ ਜੀ ਇਹ ਆ ਜਿਹੜੇ ਟਾਇਰ ਆਪਾਂ ਮਤਲਬ ਕਿ ਉਹ ਕਰ ਸਕਦਾ ਹੋਰ ਵੀ ਉੱਚਾ ਨੀਵਾ ਹੋ ਜਾਂਦਾ ਹਨਾ ਜੇ ਤਾਂ ਆਪਾਂ ਰੋਡ ਦੇ ਉੱਪਰ ਤੋਰਦੇ ਆਂ ਤਾਂ ਤਵੀਆਂ ਆਪਣੀਆਂ ਨੂੰ ਉੱਚਾ ਚੱਕਣਾ ਹੁੰਦਾ ਤੇ ਇਹ ਜਿਹੜੀਆਂ ਤਵੀਆਂ ਫਿਰ ਬਣਾਈਆਂ ਇਹ ਕਿਹਦੇ ਨਾਲ ਬਣਾਈਆਂ ਵੀ ਇਹ ਵੀ ਪੀਪੀਸੀ ਪਾਈਪ ਦੀਆਂ ਬਣਾਈਆਂ ਹੋਈਆਂ ਵੀ ਹੈ ਇਹ ਇਹਨੂੰ ਵਿਚਾਲੇ ਨਟ ਰੱਖ ਕੇ ਗਰਮ ਕਰਕੇ ਬੈਂਡ ਕਰਤਾ ਠੀਕ ਹੈ ਤੇ ਆ ਚੀਜ਼ ਵੀ ਆਪਾਂ ਬਣਾਈ ਆ ਉੱਪਰ ਇਹ ਵੀ ਪੀਪੀਸੀ ਪਾਈਪ ਦੀ ਬਣੀ ਹੋਈ ਹੈ ਸਾਰੀ ਦੀ ਸਾਰੀ ਹਾਂਜੀ ਠੀਕ ਹੈ ਤੇ ਆ ਦੇਖ ਸਕਦੇ ਹੋ ਜੀ ਸਾਰੀ ਜੋ ਕਿ ਪਾਈਪ ਦਾ ਵਰਕੇ ਦੇ ਉੱਪਰ ਪਲਾਸਟਿਕ ਦਾ ਕੀਤਾ ਹੋਇਆ ਮਾਡਲ ਆ ਜਿਹੜੇ ਸਾਰੇ ਇਹ ਤਾਂ ਚਲੋ ਅੱਜ ਬੱਚੇ ਨੂੰ ਮੈਂ ਵੈਸੇ ਹੀ ਫੋਨ ਕਰ ਲਿਆ ਤੇ ਅਸੀਂ ਇੱਕੇ ਦਾ ਵੀ ਆ ਗਏ ਸਾਫ ਵਗੈਰਾ ਨਹੀਂ ਕੀਤੇ ਕਹਿਣ ਦਾ ਮਤਲਬ ਤੇ ਬਾਕੀ ਸਕੂਲ ਵੀ ਜਾਂਦਾ ਬੱਚਾ ਤੇ ਇੱਕ ਕਹਿੰਦੇ ਮੈਨੂੰ ਆਏ ਦੱਸ ਵੀ ਤੇਰੀਆਂ ਵੀਡੀਓ ਹੋਰ ਚੈਨਲਾਂ ਤੋਂ ਵੀ ਕਾਫੀ ਜ਼ਿਆਦਾ ਵਾਇਰਲ ਹੋਈਆਂ ਹਾਂਜੀ ਤੇ ਆਪਣੇ ਕਿਸੇ ਐਗਰੀਕਲਚਰ ਦੇ ਕਿਸੇ ਪlant ਦੇ ਵੱਲੋਂ ਜਾਂ ਕੋਈ ਤੈਨੂੰ ਕੋਈ ਮਦਦ ਜਾਂ ਕੋਈ ਸਹਾਇਤਾ ਆਈ ਨਹੀਂ ਹਜੇ ਤੱਕ ਤਾਂ ਕੋਈ ਨਹੀਂ ਆਈ ਜੀ ਇੱਕ ਹੀ ਇੱਕ ਦੋ ਜਣਾਂ ਨੇ ਸਹਾਇਤਾ ਕੀਤੀ ਆ ਸਾਡੀ ਠੀਕ ਹੈ ਮੈਡਮ ਚੰਡੀਗੜ੍ਹ ਤੋਂ ਹੀ ਤੇ ਤੇ ਬਾਈ ਜੀ ਉਥੋਂ ਕੈਨੇਡਾ ਤੋਂ ਹੀ ਠੀਕ ਹੈ ਛੱਤਰ ਸਿੰਘ ਠੀਕ ਹੈ ਉਹਨਾਂ ਨੇ ਮਤਲਬ ਕਿ ਹੌਸਲਾ ਵਧਾਈ ਕੀਤਾ ਜਾਂ ਕੀ ਕੀਤਾ ਫਿਰ ਹੌਸਲਾ ਵਧਾਈ ਕੀਤਾ ਜੀ ਅੱਛਾ ਅੱਛਾ ਤੇ ਪਿੰਡ ਵਿੱਚੋਂ ਬਾਈ ਨਰਮਲ ਹੋਰਾਂ ਨੇ ਸਾਡਾ ਬਹੁਤ ਸਪੋਰਟ ਦਿੱਤੇ ਆ ਸਾਨੂੰ ਠੀਕ ਹੈ ਨਰਮਲ ਜਿਨ੍ਹਾਂ ਦੇ ਆਪਾਂ ਪਹਿਲਾਂ ਇੱਕ ਕੰਬਾਈਨ ਦੇ ਜਿਨ੍ਹਾਂ ਦੇ ਮੂਰੇ ਖੜ ਕੇ ਆਪਾਂ ਉਹ ਕੀਤਾ ਸੀ ਨਾ ਹਾਂਜੀ ਹਾਂਜੀ ਵੀਡੀਓ ਕੀਤੀ ਸੀ ਠੀਕ ਹੈ ਤੇ ਇਹਦੇ ਉੱਤੇ ਆਪਣਾ ਬਣਾਉਣ ਤੇ ਕਿੰਨਾ ਖਰਚਾ ਆ ਜਾਂਦਾ ਗਗਨ ਬਣਾਉਣ ਤੇ ਤਾਂ ਬਹੁਤ ਖਰਚਾ ਆ ਜਾਂਦਾ ਕਿਉਂਕਿ ਮੈਂ ਘਰ ਦੇੋਂ ਪੈਸੇ ਤਾਂ ਲੈਂਦਾ ਨਹੀਂ ਹੁੰਦਾ ਸੀ ਜੀ ਜਿੱਦਾਂ ਮੈਨੂੰ ਛੁੱਟੀ ਹੁੰਦੀ ਸੀਗੀ ਸਾਡੇ ਸੀਜ਼ਨ ਲੱਗਦਾ ਜਾਵਣਾ ਦਾ ਹੀ ਮੈਂ ਦਿਹਾੜੀ ਜਾਂਦਾ ਹੁੰਦਾ ਸੀ ਜਾਵਣਾ ਤੇ ਠੀਕ ਹੈ ਦਿਹਾੜੀ ਤੇ ਪੈਸੇ ਕਮਾ ਕੇ ਫੇਰ ਹੀ ਸਮਾਨ ਲੈ ਕੇ ਫੇਰ ਬਣਾਉਂਦਾ ਹੁੰਦਾ ਸੀ ਠੀਕ ਹੈ ਤੇ ਫਾਦਰ ਸਾਹਿਬ ਵੀ ਆਪਾਂ ਤੁਹਾਨੂੰ ਮਿਲਾਉਣੇ ਚਾਹਾਂਗੇ ਜੀ ਇਹਨਾਂ ਦੇ ਸਸੀ ਗਾਲ ਅੰਕਲ ਤੁਹਾਡਾ ਕੀ ਨਾਮ ਹੈ ਜੀ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਤੇ ਇਹ ਅੰਕਲ ਕੀ ਕੰਮ ਕਰਦੇ ਤੁਸੀਂ ਕੰਮ ਕਰਦੇ ਹੋ ਮਜ਼ਦੂਰੀ ਕਰਦੇ ਆ ਮਜ਼ਦੂਰੀ ਕਰਦੇ ਆ ਠੀਕ ਹੈ ਜੀ ਤੇ ਲੋ ਵੀ ਦੋਸਤੋ ਇਹ ਇਹਨਾਂ ਦਾ ਫੈਮਿਲੀ ਹੈ ਪਰਿਵਾਰ ਹੈ ਤੇ ਮੰਮਾ ਉਹ ਵੀ ਕੰਮ ਤੇ ਗਏ ਹੋਏ ਵੀ ਉਹ ਵੀ ਕੰਮ ਤੇ ਗਏ ਹੋਇਆ ਠੀਕ ਹੈ ਜੀ ਤੇ ਦੋਸਤੋ ਆਪਾਂ ਇਸ ਚੀਜ਼ ਦੇ ਨਾਲ-ਨਾਲ ਜੋ ਤੁਹਾਨੂੰ ਮਾਡਲ ਦਿਖਾਇਆ ਇਹਦੇ ਨਾਲ ਤੁਹਾਨੂੰ ਇੰਨੀ ਕੀ ਗੁਜਾਰਸ ਬੇਨਤੀ ਜਰੂਰ ਕਰਾਂਗੇ ਕਿ ਇੱਕ ਤਾਂ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਬੱਚੇ ਆਪਣੇ ਜਿਹੜੇ ਹੈਗਾ ਇਹ ਮਤਲਬ ਕਿ ਗਰੀਬ ਘਰਵਾਂ ਤਾਂ ਕਿੰਨਾਂ ਨੂੰ ਕਿਉਂਕਿ ਇਹੋ ਜਿਹੇ ਮਾਈਂਡ ਦੇ ਬੱਚੇ ਆਪਾਂ ਨੂੰ ਆਪਣੇ ਦੇਸ਼ ਨੂੰ ਬਹੁਤ ਜ਼ਿਆਦਾ ਅੱਗੇ ਲਿਜਾ ਸਕਦੇ ਆ ਆਪਣੇ ਪੰਜਾਬ ਨੂੰ ਪੰਜਾਬ ਦੇ ਅੱਗੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇਦਾਂ ਕੇ ਬੈਠਿਆ ਹਨ ਤਾਂ ਇਥੋਂ ਆਪਣੇ ਬੱਚੇ ਨੂੰ ਇਹਨੂੰ ਆਪਾਂ ਪੂਰੀ ਵਧੀਆ ਗਰੋਥ ਦੇਵਾ ਸਕਦੇ ਆ ਜਿਹੜਾ ਸੋਸ਼ਲ ਮੀਡੀਆ ਹੈ ਇਹਦੇ ਜਰੀਏ ਜਿਹੜਾ ਮਤਲਬ ਕਿ ਬਹੁਤ ਬੰਦਾ ਅੱਗੇ ਵੀ ਜਾ ਸਕਦਾ ਹਨ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉਹਨਾਂ ਵੀਰਾਂ ਤੱਕ ਜਰੂਰ ਪਹੁੰਚ ਪਹੁੰਚੇ ਜੋ ਇਸ ਦੀ ਮਦਦ ਕਰ ਸਕਦੇ ਹਨ ਜਾਂ ਕਰ ਸਕਣਗੇ ਸੋ ਸਾਰੇ ਵੀਰਾਂ ਦਾ ਤਿਆਦ ਨੂੰ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਪੂਰੀ ਵੀਡੀਓ ਨੂੰ ਦੇਖਿਆ ਤੇ ਅਸੀਂ ਗਗਨ ਦਾ ਤੇ ਇਹਨਾਂ ਦੇ ਫਾਦਰ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਆਪਣੇ ਕੀਮਤੀ ਸਮਾਂ ਦੇ ਵਿੱਚੋਂ ਸਮਾਂ ਕੱਢ ਕੇ ਦਿੱਤਾ ਹਨ ਤੇ ਇਹਨਾਂ ਦੇ ਫਾਦਰ ਸਾਹਿਬ ਦੇ ਜੋ ਕਿ ਕੋਲ ਇਹ ਨੰਬਰ ਹੁੰਦਾ ਜਿਸ ਨੰਬਰ ਤੇ ਜੋ ਨੰਬਰ ਤੇ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿੱਤਾ ਤੇ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹਨਾਂ ਦੀ ਕੋਈ ਵੀ ਮਦਦ ਕਰ ਸਕਦੇ ਹੋ ਜੀ ਦੂਸਰਾ ਜਦੋਂ ਅਸੀਂ ਇਹਨਾਂ ਨੂੰ ਫੋਨ ਕਰਕੇ ਆਏ ਸੀ ਤਾਂ ਮਤਲਬ ਕਿ ਉਦੋਂ ਵੀ ਕੰਮ ਤੇ ਹੀ ਸੀਗੀ ਅੰਕਲ ਤੇ ਮਤਲਬ ਕਿ ਇਹੋ ਜੇ ਬੱਚੇ ਨੂੰ ਆਪਣੇ ਦਿਲੋਂ ਸਲਾਮ ਜਾਂਦੀ ਹੈ ਜੀ ਕਿਉਂਕਿ ਇਹ ਜਿਹੜਾ ਵਰਕ ਹੈ ਜਿੱਦਾਂ ਤੁਸੀਂ ਤੁਹਾਨੂੰ ਦਿਖਾਇਆ ਵੀ ਕੱਲੀ-ਕੱਲੀ ਚੀਜ਼ ਉਸੇ ਤਰ੍ਹਾਂ ਮਾਡਲੇ ਦੀਆਂ ਲਾਈਟਾਂ ਵਗੈਰਾ ਵੀ ਚੱਲਦੀਆਂ ਉਹ ਆਪਾਂ ਤੁਹਾਨੂੰ ਦਿਖਾਈਆਂ ਨਹੀਂ ਵੈਸੇ ਚੱਲਦੀਆਂ ਵਰਕਿੰਗ ਦੇ ਵਿੱਚ ਸਾਰਾ ਕੁਝ ਉਸੇ ਤਰੀਕੇ ਹੀ ਹੈ ਸੋ ਆਪਾਂ ਬਹੁਤ ਜਲਦੀ ਕਿਸੇ ਹੋਰ ਵੀਡੀਓ ਦੇ ਨਾਲ ਮਿਲਦੇ ਹਾਂ ਤੇ ਗਗਨ ਤੈਨੂੰ ਬਹੁਤ-ਬਹੁਤ ਆਸ਼ੀਰਵਾਦ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਤੂੰ ਹੋਰ ਵੀ ਮਤਲਬ ਕਿ ਅਚੀਵਮੈਂਟ ਬਾਕੀ ਪੜ੍ਹਾਈ ਦੇ ਵਿੱਚ ਕਿਵੇਂ ਆਜੀ ਬੱਚਾ ਦਾਇਚ ਵਧੀਆ ਜੀ ਆਪਾਂ 75% ਹੈਗਾ ਜੀ ਹੈਗਾ ਠੀਕ ਹੈ ਮਤਲਬ ਕਿ ਵਧੀਆ ਨੰਬਰ ਆ ਜਾਂਦੇ ਕੁੱਟਦਾ ਨਹੀਂ ਪੈਂਦੀ ਸਕੂਲ 'ਚ ਨਹੀਂ ਨਹੀਂ ਪੈਂਦੀ ਠੀਕ ਹੈ ਠੀਕ ਹੈ ਤੇ ਲੋ ਵੀ ਦੋਸਤੋ ਇਹ ਆਪਾਂ ਵੀਡੀਓ ਸਾਡੀ ਤੁਸੀਂ ਜਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਕਿਸਾਨ ਫਾਰਮਰ ਭਰਾਵਾਂ ਤੱਕ ਜਰੂਰ ਪਹੁੰਚਾਓ ਬਾਕੀ ਜੋ ਇੰਡਸਟਰੀਆਂ ਵਾਲੇ ਵੀਰ ਐ ਇਸ ਬੱਚੇ ਤੋਂ ਤੁਸੀਂ ਮਤਲਬ ਕਿ ਮੇਰੇ ਹਿਸਾਬ ਦੇ ਨਾਲ ਕੋਈ ਨਾ ਕੋਈ ਕੰਮ ਜਰੂਰ ਲੈ ਸਕਦੇ ਹੋ ਜੇ ਆਪਾਂ ਇਹਨੂੰ ਥੋੜੀ-ਮੋਟੀ ਟ੍ਰੇਨਿੰਗ ਦੇਖ ਕੇ ਤੇ ਕੁਝ ਵੀ ਆਪਾਂ ਕਰਵਾ ਸਕਦੇ ਹਾਂ ਹਣਾ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੇ ਬਹੁਤ ਜਲਦੀ ਆਪਾਂ ਅਗਲੀ ਵੀਡੀਓ ਦੇ ਨਾਲ ਮਿਲਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ